मैं तुहाडा अपना दोस्त डॉक्टर गगनदीप सिंह अज फिर तो तुहाडे नाल जुड़ रहा हाँ एक वक्रे विषय पर गल करन बारे। अज आपां शुरुआत एक वक्रे तरीके नाल करांगे एक स्टोरी दे रूप विच। दोस्तों अक्सर तुसीं देखिया होगा भी ट्रेनां विच कुछ पैसेंजर इहो जिहे हुंदे हन जो डेली सफ़र करते हैं, डेली अप डाउन करना हुंदा है उन्होंने ट्रेनां विच। जिवें कि फॉर एग्जाम्पल कोई रहिंदा अमृतसर है तो उहदी नौकरी लुधियाणे है, या रहिंदा लुधियाणे है तो उहदी नौकरी जलंधर है, तो उन्होंने डेली अप डाउन करना हुंदा है। इस तरह ट्रेन विच 50-60 बंदे इहो जिहे हुंदे हन जिन्हां ने रोज़ डेली अप डाउन करन नाल एक दूजे नूं मिलदे हन। उन्हां ने डेली सवेरे भी एक दूजे नूं मिलना है ते शाम नूं भी एक दूजे नूं मिलना है। उसे तरह ट्रेन विच एक इहो जिहा एक मेरे वर्गा इंसान हुंदा है जिन्हों कुछ ना कुछ सीखण दी आदत हुंदी है। उन्हें हर बंदे तो कुछ ना कुछ सीखना है, खड़े बंदे तो भी सीखना है, बैठे तो भी सीखना है, उन्हें बजुर्ग तो भी सीखना है, किसी बच्चे तो भी सीखना है। उन्हें नाल एक कापी लाई हुंदी है, उहदे च सारा कुछ नोट करी जाना। हुण हुंदा की है कि इस बंदे दे सामने एक पैसेंजर बैठा हुंदा है ते उधरों एक पानी वेचण वाला आंदा है, वह आवाज़ दे रहा हुंदा है ठंडा पानी लै लो जी। ते जदों वह पानी वाला आंदा है चल के तां इह जिहड़ा सामने मेरे पैसेंजर बैठा हुंदा है उस इंसान ते, उह उहनूं कहिंदा पानी दा बोतल दे दे की रेट है। उह कहिंदा 20 रुपए। ਉਹ ਸਾਹਮਣੇ ਵਾਲਾ ਪੈਸੈਂਜਰ ਕਹਿੰਦਾ ਨਹੀਂ ਮਹਿੰਗੀ ਹੈ, ਰੇਲਵੇ 'ਚ ਤਾਂ 10 ਦੀ ਹੋਣੀ ਚਾਹੀਦੀ ਹੈ। ਫਿਰ ਪਾਣੀ ਵੇਚਣ ਵਾਲਾ ਇਨਸਾਨ ਹੱਸ ਕੇ ਅੱਗੇ ਲੰਘ ਜਾਂਦਾ ਹੈ ਅਤੇ ਜਿਹੜਾ ਸਾਹਮਣੇ ਬੈਠਾ ਪੈਸੈਂਜਰ ਹੁੰਦਾ ਹੈ ਉਹ ਬੜਾ ਹੈਰਾਨ ਹੁੰਦਾ ਹੈ ਵੀ ਇਹ ਹੱਸ ਕੇ ਕਿਉਂ ਲੰਘਿਆ। ਉਹ ਸੋਚਦਾ ਹੈ ਜਾਂ ਤਾਂ ਇਹ ਸੌਦਾ ਕਰਕੇ ਜਾਂਦਾ, ਉਹਨੂੰ ਪਾਣੀ ਵੇਚ ਕੇ ਜਾਂਦਾ ਬੋਤਲ ਦੇ ਕੇ, ਜਾਂ ਮੂੰਹ ਬਣਾ ਕੇ ਜਾਂਦਾ। ਇਹ ਕੀ ਕਰਦਾ ਹੈ ਫਿਰ ਉੱਠ ਕੇ ਉਹਦੇ ਮਗਰ ਜਾਂਦਾ ਹੈ, ਉਹਨੂੰ ਜਾ ਕੇ 20 ਦਾ ਨੋਟ ਦਿੰਦਾ ਹੈ, ਕਹਿੰਦਾ ਹੈ ਬਾਬਾ ਇੱਕ ਪਾਣੀ ਦੀ ਬੋਤਲ ਦੇ ਠੰਡੀ। ਉਹ ਦੇ ਦਿੰਦਾ ਹੈ ਬੋਤਲ ਅਤੇ ਫਿਰ ਉਹਨੂੰ ਪੁੱਛਦਾ ਹੈ ਵੀ ਮਗਰ ਜਿਹੜੇ ਬੰਦੇ ਨੇ ਤੈਨੂੰ ਪਾਣੀ ਦਾ ਰੇਟ ਪੁੱਛ ਕੇ ਮਨਾ ਕਰਤਾ ਵੀ 10 ਦੀ ਹੋਣੀ ਚਾਹੀਦੀ ਹੈ, ਅਤੇ ਤੁਸੀਂ ਹੱਸ ਕੇ ਕਿਉਂ ਲੰਘੇ ਉੱਥੋਂ? ਉਹ ਬਾਬਾ ਕਹਿੰਦਾ ਮੈਨੂੰ 8 ਸਾਲ ਹੋ ਗਏ ਇਸ ਟ੍ਰੇਨ 'ਚ ਪਾਣੀ ਵੇਚਦੇ ਨੂੰ, ਮੈਂ ਰੋਜ਼ ਇੱਦਾਂ ਦੇ ਬੰਦੇ ਦੇਖਦਾ ਹਾਂ। ਅਤੇ ਹੁਣ ਜਿਹੜੀ ਬਾਬੇ ਨੇ ਗੱਲ ਕੀਤੀ ਉਹ ਹੈ ਆਪਣੇ ਸਾਰਿਆਂ ਲਈ ਸਿੱਖਣ ਵਾਲੀ, ਜੋ ਉਹਨੇ ਜਵਾਬ ਦਿੱਤਾ। ਉਹਨੇ ਇੱਕੋ ਗੱਲ ਕਹੀ, ਕਹਿੰਦਾ ਜਿਹਨੂੰ ਪਿਆਸ ਹੁੰਦੀ ਹੈ ਨਾ ਉਹ ਰੇਟ ਨਹੀਂ ਪੁੱਛਦਾ ਪਾਣੀ ਦਾ, ਜਿਹਨੂੰ ਹੋਵੇ ਨਾ ਅੰਦਰੋਂ ਤਾਹ ਕਿਸੇ ਚੀਜ਼ ਦੀ ਤਾਂ ਉਸ ਚੀਜ਼ ਦਾ ਮੁੱਲ ਨਹੀਂ ਪੁੱਛਦਾ। ਹੁਣ ਇਹ ਤੁਸੀਂ ਦੇਖਣਾ ਹੈ ਵੀ ਤੁਸੀਂ ਇਸ ਹੌਸਪੀਟਲ 'ਚ ਆ ਕੇ ਆਪਣਾ ਸਹੀ ਇਲਾਜ ਕਰਾਉਣਾ ਹੈ ਜਾਂ ਤੁਸੀਂ ਵੀ ਹਜੇ ਸਿਰਫ ਸਵਾਦ ਲੈਣ ਨੂੰ ਰੇਟ ਹੀ ਪੁੱਛਣਾ ਹੈ। ਜੇ ਤਾਂ ਤੁਸੀਂ ਸਹੀ ਤੁਹਾਨੂੰ ਪਿਆਸ ਹੈ ਠੀਕ ਹੋਣ ਦੀ ਜਾਂ ਤਾਹ ਹੈ ਅੰਦਰੋਂ ਠੀਕ ਹੋਣ ਦੀ, ਫਿਰ ਤਾਂ ਤੁਸੀਂ ਗਰੰਟੀ 100% ਉੱਦਾਂ ਹੀ ਇਲਾਜ ਕਰਾਓਗੇ ਜਿਵੇਂ ਹੋਣਾ ਚਾਹੀਦਾ ਹੈ। ਨਹੀਂ ਤਾਂ ਬਾਕੀਆਂ ਵਾਂਗ, ਨਹੀਂ ਤਾਂ ਇਹ ਪਾਣੀ ਵਾਲੇ ਦੀ ਵਾਂਗ ਤੁਸੀਂ ਵੀ ਸਵਾਦ ਲੈ ਕੇ ਬਸ ਅੱਗੇ ਹੀ ਲੰਘ ਜਾਓਗੇ, ਪਾਣੀ ਨਹੀਂ ਲੈਣਾ, ਤੁਸੀਂ ਸਿਰਫ ਸਵਾਦ ਹੀ ਲੈ ਰਹੇ ਹੋ। ਅੰਤ 'ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਸਾਡਾ ਹੌਸਪੀਟਲ ਹੈ ਜਿਹੜਾ ਨਵਜੀਵਨ ਹੌਸਪੀਟਲ, ਇੱਥੇ ਹਰ ਤਰ੍ਹਾਂ ਦੇ ਮਾਨਸਿਕ ਬਿਮਾਰੀ ਦਾ ਇਲਾਜ ਬੜਾ ਤਸੱਲੀ ਬਖਸ਼ ਤਰੀਕੇ ਨਾਲ ਕੀਤਾ ਜਾਂਦਾ ਹੈ, ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ। ਧੰਨਵਾਦ।